सो जी थर्सडे आ चुके हैं, थर्सडे ओमनी मॉर्गेज बुलेटिन भी आ चुके हैं। मैं हाँ थोड़ा होस्ट दोस्त हरकीरत सिंह आलूवालिया लैके आना इस प्रोग्राम के तहत सरगर्मियां वैन इट कम्स टू रियल एस्टेट अते मॉर्गेज की कुछ चल रहा न्यूयॉर्क दे विच। सीधा लैके चलते हैं तुहानू पंजाब एवेन्यू रिचमंड हिल जिते साडे नाल मौजूद हैं साडे हरमन प्यारे साडे हरमन सिंह, उन्हां दा इस प्रोग्राम के तहत स्वागत करते हैं, वेलकम करते हैं। हरमन सिंह जी, जी आया नू, होप यू आर डूइंग गुड। How was your last weekend? And again, congratulations for completing 25 years in this industry. Saran, meri sat sikal ji. Week was very good as usual. Asi pichle 1.5 saal to bahut busy chal rahe hain. Paave COVID bhi hoya last year. Thanks to this beautiful country ki COVID no si tape aaj turn down karta hai. Kal asi ek wedding di reception party te gaye sige. And good to see everybody back in party mood ke sare hage hain. Not the full scale, but most of people were there. ਬੜਾ ਇੰਜੋਏ ਕੀਤਾ ਕਿ ਬਈ ਔਰ ਗ੍ਰੇਟ ਥੈਂਕ ਯੂ ਟੂ ਦਿਸ ਕੰਟਰੀ ਜੋ ਅਸੀਂ ਵਾਰ ਵਾਰ ਕਹਿੰਦੇ ਹਾਂ ਅਸੀਂ ਕਿ ਇੰਨੀ ਜਲਦੀ ਲਾਈਫ ਨੂੰ ਬੈਕ ਟੂ ਨੋਰਮਲ ਲੈ ਕੇ ਆਉਣਾ ਇੰਨੇ ਸਿਸਟਮੈਟਿਕਲੀ ਕਿ ਜਿਹੜੇ ਸਾਡੇ ਇੰਡੀਆ 'ਚ ਵੈਕਸੀਨ ਦੀ ਸ਼ੋਰਟੇਜ ਹੈ ਇੱਥੇ ਵੈਕਸੀਨ ਜਗ੍ਹਾ ਜਗ੍ਹਾ ਸੈਂਟਰ ਖੁੱਲ੍ਹੇ ਹੋਏ ਨੇ ਉੱਥੇ ਕੋਈ ਜਾ ਹੀ ਨਹੀਂ ਰਿਹਾ। ਮੈਂ ਆਪਣੇ ਬੇਟੇ ਨੂੰ ਵੈਕਸੀਨ ਲਵਾਉਣ ਗਿਆ ਤਾਂ ਉੱਥੇ ਨਿਊਯਾਰਕ ਸਟੇਟ ਦਾ ਵਾਕ ਇਨ ਸੈਂਟਰ ਸੀਗਾ ਅਤੇ ਉੱਥੇ 30 ਇੰਪਲਾਈ ਕੰਮ ਕਰ ਰਹੇ ਸੀ ਅਤੇ ਟੋਟਲ ਉੱਥੇ 10 ਬੰਦੇ ਵੈਕਸੀਨ ਲਵਾਉਣ ਆਏ ਹੋਏ ਸੀ। ਰਾਈਟ, ਸੋ ਇਟਸ ਅ ਬਿਊਟੀਫੁਲ ਕੰਟਰੀ, ਥੈਂਕਸ ਟੂ ਦ ਕੰਟਰੀ। ਉਸ ਕਰਕੇ ਜੋ ਮੋਮੈਂਟਮ ਬਣਿਆ ਲੋਕਾਂ ਦਾ, ਅੱਜ ਮਾਰਕੀਟ ਖੁੱਲ੍ਹ ਗਈ ਹੈ, ਪੀਪਲ ਵਾਂਟਸ ਟੂ ਬਾਏ ਦਾ ਹਾਊਸ, ਇੰਟਰਸਟ ਰੇਟ ਲੋਐਸਟ ਇਨ ਦਾ ਹਿਸਟਰੀ ਹੈਗੇ ਨੇ, ਉਹਦੇ ਕਰਕੇ ਬਹੁਤ ਜ਼ਿਆਦਾ ਰਸ਼ ਹੈ ਬਾਇਰਸ ਦਾ ਕਿ ਜਦੋਂ ਵੀ ਕੰਪੈਰੀਜ਼ਨ ਕਰਦੇ ਹੋ ਕਿ ਤੁਸੀਂ ਰੈਂਟ ਪੇ ਕਰਨਾ ਹੈ ਜਾਂ ਮੋਰਗੇਜ ਪੇ ਕਰਨੀ ਹੈ ਤੇ ਉਹ ਦੋਨੋਂ ਸਾਈਡ ਬਾਏ ਸਾਈਡ ਆਲਮੋਸਟ ਬਰਾਬਰ ਆ ਰਹੀਆਂ ਨੇ ਕਿਉਂਕਿ ਲੋ ਇੰਟਰਸਟ ਰੇਟ ਕਰਕੇ ਇਸ ਕਰਕੇ ਇਨਕਰੇਜਮੈਂਟ ਮਿਲ ਜਾਂਦੀ ਹੈ ਕਿ ਤੁਸੀਂ ਕਰ ਲੈਣਾ ਚਾਹੁੰਦੇ ਹੋ। ਅਸੀਂ ਇਨਕਰੇਜ ਕਰਦੇ ਹਾਂ ਸਾਰਿਆਂ ਨੂੰ। ਅੱਜ ਸਾਨੂੰ ਕੰਮ ਕਰਦੇ, ਮੈਨੂੰ ਰੀਅਲ ਇਸਟੇਟ ਕਰਦੇ 35 ਸਾਲ ਹੋ ਗਏ ਨੇ, ਮੋਰਗੇਜ ਕਰਦੇ 25 ਸਾਲ ਹੋ ਗਏ ਨੇ। ਮੈਂ ਹਜ਼ਾਰਾਂ ਲੋਨ ਕੀਤੇ ਨੇ, ਹਜ਼ਾਰਾਂ ਘਰ ਵੇਚੇ ਨੇ, ਹਜ਼ਾਰਾਂ ਲੋਕਾਂ ਨੂੰ ਘਰਾਂ 'ਚ ਵਸਾਇਆ ਤੇ ਉਹਨਾਂ ਦੀ ਸਾਨੂੰ ਬਲੈਸਿੰਗ ਮਿਲਦੀਆਂ ਨੇ ਕਿ ਅੱਜ ਅਸੀਂ 25 ਸਾਲ ਕੰਪਲੀਟ ਕੀਤੇ ਨੇ ਮੋਰਗੇ ਬਿਜ਼ਨਸ 'ਚ। ਆਈ ਇਨਕਰੇਜ ਐਵਰੀਬਾਡੀ ਕਿ ਜਦੋਂ ਤੁਸੀਂ ਕਰ ਲੈਣ ਦਾ ਮੂਡ ਬਣਾਓ, ਕਰ ਲੈਣਾ ਚਾਹੋ, ਜ਼ਰੂਰ ਸਟੈਪ ਫਾਰਵਰਡ ਚੁੱਕੋ, ਕਦੀ ਘਬਰਾਓ ਨਹੀਂ। ਕਿਉਂਕਿ ਜੋ ਇੱਕ ਤੁਹਾਡੀ ਕੰਸਲਟੇਸ਼ਨ ਜੋ ਮੈਂ ਕਰਾਂ ਜਾਂ ਕੋਈ ਵੀ ਕੰਪਨੀ ਕਰਦੀ ਹੈ, ਉਹਦਾ ਕੋਈ ਚਾਰਜ ਨਹੀਂ ਹੁੰਦਾ ਇਸ ਬਿਜ਼ਨਸ 'ਚ। ਤੇ ਜਾ ਕੇ ਇੱਕ ਵਾਰੀ ਜਾਓ, ਮਿਲੋ, 10 ਮਿੰਟ ਦੀ ਬੈਠਕ ਬਿਠਾ ਬੈਠੋ, ਗੱਲਬਾਤ ਕਰੋ। ਕਈ ਵਾਰ ਤੁਹਾਨੂੰ ਜਿਹੜੀ ਚੀਜ਼ ਨਹੀਂ ਪਤਾ ਹੁੰਦੀ, ਤੁਹਾਨੂੰ ਤੁਹਾਡਾ ਮਾਇੰਡ ਖੁੱਲ੍ਹ ਜਾਂਦਾ ਕਿ ਵਾਕਈ ਯਾਰ ਅਸੀਂ ਕਰ ਲੈ ਸਕਦੇ ਸੀ, ਅਸੀਂ ਐਵੇਂ 2-3 ਸਾਲ 4 ਸਾਲ ਵੇਸਟ ਕਰਤੇ। ਸਾਡੇ ਕੋਲ ਕਲਾਇੰਟਸ ਹੈਗੇ ਨੇ ਜਿਨ੍ਹਾਂ ਨੇ ਸੋਚ ਸੋਚ ਕੇ 3 ਸਾਲ ਬਾਅਦ ਅੱਜ ਕਰ ਲੈ ਰਹੇ ਨੇ, ਜਿਹੜਾ ਘਰ 3 ਸਾਲ ਪਹਿਲੇ ਸੀ ਅੱਜ $1,00,000 ਮਹਿੰਗਾ ਹੋ ਗਿਆ। ਤੇ ਇਸ ਕਰਕੇ ਮੂਮੈਂਟ ਆਉਂਦੀਆਂ ਨੇ, ਟਾਈਮਿੰਗ ਆਉਂਦੀ ਹੈ। ਅੱਜ ਦੀ ਡੇਟ ਦੇ ਵਿੱਚ ਤੁਸੀਂ ਲੋਐਸਟ ਇੰਟਰਸਟ ਰੇਟ ਨਾਲ ਆਪਣਾ ਘਰ ਰੇਟ ਲੌਕ ਕਰਦੇ ਹੋ 30 ਸਾਲ ਲਈ, ਉਹ ਇੱਕ ਬੜੀ ਵੱਡੀ ਇੱਕ ਤੁਹਾਨੂੰ ਅਕੰਪਲਿਸ਼ਮੈਂਟ ਹੈ ਕਿ ਤੁਹਾਡਾ ਰੇਟ ਲੌਕ ਹੋ ਗਿਆ 30 ਸਾਲ ਲਈ ਔਰ ਤੁਹਾਡੀ ਪੇਮੈਂਟ ਲੋਅ ਰਹੇਗੀ 30 ਸਾਲ ਲਈ। Right. So this is the perfect time to buy the house. So before I start questions, Harman Singh ji, definitely our viewers want to know, there are like lots of news roaming around in social media that market will get crash within the 6 months. Is khabar de vich kinni sachai hai? Dekho, main har soch bolda va, mainu jive main hune bolya ki mainu sari zindagi ho gayi hai kaam karde hain is country vich, ki cycle hunda ik market da upar thalle jaan da, ਮਗਰ ਜਿਹੜੇ ਕਮਿਊਨਿਟੀ ਏਰੀਆਜ਼ ਹੁੰਦੇ ਨੇ ਜਿੱਥੇ ਅਸੀਂ ਸਾਡੀ ਕਮਿਊਨਿਟੀ ਰਹਿੰਦੀ ਹੈ, ਉਹਨਾਂ ਏਰੀਆ ਵਿੱਚ ਕੋਈ ਬਹੁਤ ਜ਼ਿਆਦਾ ਡਰੋਪ ਨਹੀਂ ਆਉਂਦਾ, ਕਿਉਂਕਿ ਸਾਡੀ ਕਮਿਊਨਿਟੀ ਜਿਹੜੀ ਹੈ ਆਪਣੇ ਉਹਨਾਂ ਕੀ ਪੈਰ ਪਸਾਰਦੇ ਨੇ ਜਿੰਨਾ ਅਫੋਰਡ ਕਰ ਸਕਦੇ ਨੇ। ਰਾਈਟ, ਅਸੀਂ ਆਪਣੇ ਬਿਓਂਡ ਰੀਚ ਤੋਂ ਬਾਹਰ ਜਾ ਕੇ ਕਰ ਨਹੀਂ ਲੈਂਦੇ। ਅਗਰ ਅਸੀਂ ਘਰ 6 ਲੱਖ ਦਾ ਅਫੋਰਡ ਕਰਾਂਗੇ, ਅਸੀਂ 6 ਲੱਖ ਦਾ ਕਰ ਲਵਾਂਗੇ। ਬਾਕੀ ਕਮਿਊਨਿਟੀ ਹੁੰਦੀਆਂ ਨੇ ਜਿਹੜਾ ਨੇ ਘਰ 6 ਲੱਖ ਦਾ ਲਿਆ, 3% ਡਾਊਨ ਦਿੱਤਾ, ਪੇਮੈਂਟ ਵੱਡੀ ਬਣ ਗਈ, ਜੋਬ ਚਲੀ ਗਈ, ਦੈਨ ਇਸ ਬਿਕਮਸ ਅ ਪ੍ਰੋਬਲਮ। ਸਾਡੀ ਕਮਿਊਨਿਟੀ ਵਿੱਚ ਅਸੀਂ ਪੂਰਾ ਪ੍ਰੋਪਰਲੀ ਅਸੀਂ ਪਲਾਨ ਕਰਦੇ ਹਾਂ, ਬਿਕਾਜ਼ ਵੀ ਬਿਲੀਵ ਇਨ ਸੇਵਿੰਗਸ, ਅਸੀਂ ਸੇਵਿੰਗਸ ਵੀ ਕਰਦੇ ਹਾਂ, ਤੇ ਉਸ ਕਰਕੇ ਡਾਊਨ ਪੇਮੈਂਟ ਜ਼ਿਆਦਾ ਦਿੰਦੇ ਹਾਂ ਤੇ ਸਾਡੀ ਪੇਮੈਂਟਾਂ ਘੱਟ ਬਣਦੀਆਂ ਨੇ। ਔਰ ਗਾਡ ਫੋਰਬਿਡ 2-4 ਮਹੀਨੇ ਅਗਰ ਕੰਮ ਸਲੋ ਹੋ ਵੀ ਗਿਆ, ਵੀ ਆਰ ਸਟਿਲ ਏਬਲ ਟੂ ਮੇਕ ਦ ਮੋਰਗੇਜ ਪੇਮੈਂਟ। ਤੇ ਇੱਕ ਬੜਾ ਵੱਡਾ ਪਲੱਸ ਹੈ ਇਸ ਕਰਕੇ ਸਾਡੇ ਜਿਹੜੇ ਏਰੀਆ ਜਿੱਥੇ ਅਸੀਂ ਜਾਂਦੇ ਹਾਂ, ਮੂਵ ਹੁੰਦੇ ਰਹਿੰਦੇ ਇਕੱਠੇ ਅਸੀਂ, ਉਹਨਾਂ ਏਰੀਆਜ਼ ਦੇ ਵਿੱਚ ਮਾਰਕੀਟ ਕਰੈਸ਼ ਹੋਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਨੇ। ਲੈਟਸ ਸੇ ਤੁਸੀਂ ਘਰ ਬਾਏ ਕੀਤਾ, ਤੁਸੀਂ 10-15 ਸਾਲ ਰਹਿਣਾ ਉਸ ਘਰ ਦੇ ਵਿੱਚ। ਹਿਸਟਰੀ ਸ਼ੋਅ ਕਰਦੀ ਹੈ ਕਿ ਲੌਂਗ ਟਰਮ ਦੇ ਵਿੱਚ 10-15 ਸਾਲ ਦੇ ਵਿੱਚ ਟਾਈਮ ਵਿੱਚ ਤੁਹਾਡਾ ਘਰ ਜੋ ਤੁਸੀਂ 5 ਲੱਖ ਦਾ ਲਿਆ, ਉਹ 6-7-8 ਲੱਖ ਦਾ ਹੋਏਗਾ ਹੀ ਹੋਏਗਾ। ਠੀਕ ਹੈ, ਭਾਵੇਂ ਉਹ ਥੱਲੇ ਵੀ ਆ ਜਾਏਗਾ, 4 ਲੱਖ ਤਾਂ ਹੋ ਜਾਏਗਾ, ਅਲਟੀਮੇਟਲੀ ਉਹ ਉੱਪਰ ਚਲਾ ਜਾਏਗਾ। ਤੇ ਤੁਸੀਂ ਘਰ ਅਗਰ ਲੌਂਗ ਟਰਮ ਵਾਸਤੇ ਬਾਏ ਕਰ ਰਹੇ ਹੋ 10-15 ਸਾਲ ਵਾਸਤੇ, ਆਪਣੀ ਫੈਮਿਲੀ ਨੂੰ ਬੈਟਰ ਏਰੀਆ 'ਚ ਮੂਵ ਕਰਨਾ ਚਾਹੁੰਦੇ ਹੋ, ਵੱਡੇ ਘਰਾਂ 'ਚ ਮੂਵ ਆਉਣਾ ਚਾਹੁੰਦੇ ਹੋ, ਡੋਂਟ ਵੇਟ ਫਾਰ ਦਿਸ ਕਾਇੰਡ ਆਫ ਨਿਊਜ਼ ਨੂੰ ਪੜ੍ਹ ਕੇ ਕਿ ਬਈ ਮਾਰਕੀਟ ਕਰੈਸ਼ ਹੋਏਗੀ। ਉਹ ਕਰੈਸ਼ ਅਗਰ ਨਹੀਂ ਹੋਈ ਤੇ 2 ਸਾਲ ਬਾਅਦ ਕੀ ਹੋਏਗਾ? ਤੁਸੀਂ 2 ਸਾਲ ਆਪਣਾ ਲਾਈਫ ਦਾ ਪਲਾਨ ਡਿਲੇ ਕਰ ਲਿਆ। ਬੱਚਿਆਂ ਨੇ ਹੁਣ ਸਕੂਲ ਜਾਣਾ, ਅੱਛੇ ਸਕੂਲ, ਕਿ ਇਹ ਨਹੀਂ ਕਿ ਤੁਸੀਂ 2 ਸਾਲ ਵੇਟ ਕਰੋਗੇ ਕਿ 50,000 ਪ੍ਰਾਈਸ ਸਸਤੀ ਹੋ ਜਾਏਗੀ। ਕੰਪਰੋਮਾਈਜ਼ 50,000 ਨਾਲ ਕਰਨਾ ਵਰਸਿਸ ਫੈਮਿਲੀ ਦੀ ਹੈਪੀਨੈਸ ਜਿਹੜੀ, ਉਹ ਕੋਈ ਕੰਪੈਰੀਜ਼ਨ ਨਹੀਂ ਹੈ। ਸੋ ਮਾਈ ਐਡਵਾਈਸ, ਗੋ ਮੂਵ ਫਾਰਵਰਡ, ਬਾਏ ਦਾ ਹਾਊਸ ਜਿਸ ਪ੍ਰਾਈਸ ਤੇ ਮਿਲਦਾ ਹੈ, ਘਰਾਂ ਦੀ ਵੈਸੇ ਸ਼ਾਰਟੇਜ ਹੈਗੀ ਹੈ, ਲੌਂਗ ਟਰਮ ਦੇ ਵਿੱਚ 10-15 ਸਾਲ 'ਚ ਤੁਹਾਨੂੰ ਦੈਟ ਹਾਊਸ ਵਿਲ ਡੈਫੀਨੇਟਲੀ
ਜੋ ਪ੍ਰਾਈਸਿਸ ਪੇ ਕੀਤੀ ਉਸ ਤੋਂ ਉੱਪਰ ਹੀ ਹੋਏਗਾ ਪ੍ਰਾਈਸ ਉਹਦੀ ਵੈਲਿਊ। ਸੋ ਫਿਰ ਹਰਮਨ ਸਿੰਘ ਜੀ ਦੱਸੋ ਕਿ ਕਿਵੇਂ ਪ੍ਰੀ ਅਪਰੂਵਲ ਓਮਨੀ ਮੋਰਗੇਜ ਕਰਾ ਸਕਦੀ ਹੈ ਦਰਸ਼ਕਾਂ ਦੇ ਲਈ। ਦੇਖੋ ਪ੍ਰੀ ਅਪਰੂਵਲ ਪ੍ਰੋਸੈਸ ਤੇ ਤੁਹਾਨੂੰ ਇੱਕ ਐਫਰਟ ਕਰਨਾ ਪੈਂਦਾ ਕਿ ਸਾਨੂੰ ਇੱਕ ਕਾਲ ਕਰੋ, ਸਾਡੇ ਆਫਿਸ 'ਚ ਮਲਟੀਪਲ ਪੀਪਲ ਨੇ ਗੱਲ ਕਰਨਗੇ ਤੁਹਾਡੇ ਨਾਲ, ਛੋਟਾ ਜਿਹਾ ਤੁਸੀਂ ਮੈਨੂੰ ਮੇਰੇ ਲਈ ਮੈਸੇਜ ਚੜੋਗੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਤੁਹਾਡੇ ਬੇਸਡ ਔਨ ਤੁਹਾਡਾ ਜੋ ਇਨਕਮ ਪ੍ਰੋਫਾਈਲ ਹੈ, ਤੁਸੀਂ ਇਨਕਮ ਚੈੱਕ ਜਾਣਾ ਚਾਹੁੰਦੇ ਹੋ ਜਾਂ ਨੋ ਟੈਕਸ ਰਿਟਰਨ ਲੋਨ ਜਾਣਾ ਚਾਹੁੰਦੇ ਹੋ, ਉਹਦੀ ਬੇਸ ਤੇ ਤੁਹਾਨੂੰ ਇੱਕ ਚੈੱਕਲਿਸਟ ਅਸੀਂ ਭੇਜਾਂਗੇ ਕਿ ਸਾਨੂੰ ਇਹ ਡਾਕੂਮੈਂਟ ਭੇਜ ਦਿਓ, ਈਮੇਲ ਕਰ ਦਿਓ, ਲੈ ਕੇ ਆ ਜਾਓ। ਉਸ ਡਾਕੂਮੈਂਟ ਦੀ ਬੇਸ ਦੇ ਉੱਤੇ ਅਸੀਂ ਤੁਹਾਨੂੰ ਦੱਸਾਂਗੇ ਵੀ ਤੁਹਾਡਾ ਕਿੰਨੇ ਦਾ ਲੋਨ ਤੁਹਾਡਾ ਅਪਰੂਵ ਹੋਇਆ ਹੈ, ਤੁਹਾਡਾ ਸਾਨੂੰ ਕ੍ਰੈਡਿਟ ਰਿਪੋਰਟ ਰਨ ਕਰਨੀ ਪਏਗੀ, ਅਸੀਂ ਬੈਂਕ ਨੂੰ ਡਿਸਕਸ਼ਨ ਕਰਕੇ ਲੋਨ ਐਸਟੈਬਲਿਸ਼ ਕਰਾਂਗੇ ਵੀ ਇੰਨੇ ਦਾ ਲੋਨ। ਇੱਕ ਵਾਰੀ ਸਾਡੀ ਓਮਨੀ ਮੋਰਗੇਜ ਦੀ ਪ੍ਰੀ ਅਪਰੂਵਲ ਦਿੱਤੀ ਹੋਈ ਲੋਨ, ਉਹ ਲੋਨ ਕਦੀ ਤੁਹਾਨੂੰ ਬਾਅਦ 'ਚੋਂ ਟੈਨਸ਼ਨ ਨਹੀਂ ਹੋਏਗੀ। ਸਾਨੂੰ ਬੜੀਆਂ ਕਾਲਾਂ ਆਉਂਦੀਆਂ ਨੇ, ਕੰਪਲੇਂਟਾਂ ਆਉਂਦੀਆਂ ਨੇ ਕਿ ਸਾਡਾ ਅਸੀਂ ਲੋਨ ਕਰ ਲੈ ਰਹੇ ਹਾਂ, ਸਾਨੂੰ ਇਹ ਪਤਾ ਲੱਗਿਆ, ਇਹ ਹੋ ਗਿਆ। ਸਾਡਾ ਇੱਕ ਪ੍ਰੋਸੈਸ ਜਿਹੜਾ ਐਜੂਕੇਸ਼ਨ ਇਜ਼ ਵੈਰੀ ਗੁੱਡ ਕਿ ਲੋਨ ਤੁਹਾਡਾ ਭਾਵੇਂ ਅਗਰ ਕੋਈ ਵੀਕਨੈਸ ਵੀ ਹੈਗੀ ਹੈ ਫਾਈਲ ਦੇ ਵਿੱਚ, ਅਸੀਂ ਅਗਰ ਲੋਨ ਯੈਸ ਕੀਤੀ ਹੈ ਲੋਨ ਤੁਹਾਡਾ ਕਲੋਜ਼ ਹੋਏਗਾ। ਇਟ ਮਾਈਟ ਟੇਕ ਲੋਂਗਰ ਬੇਸਡ ਔਨ ਟਾਈਮ ਟੂ ਟਾਈਮ, ਕਈ ਲੋਨ ਨੇ ਜਿਹੜੇ ਅਸੀਂ ਕਲੋਜ਼ ਕਰ ਰਹੇ ਹਾਂ ਵੀ ਗੈਟਿੰਗ ਅਪਰੂਵਲ ਇਨ 2-3 ਡੇਜ਼, ਵੀ ਕਲੋਜ਼ਿੰਗ ਇਨ 3 ਵੀਕਸ 4 ਵੀਕਸ। ਸਮ ਲੋਨਸ ਕੋਈ ਅਗਰ ਵੀ ਲੋਨ 'ਚ ਵੀਕਨੈਸ ਹੈ, ਇਟ ਟੇਕਸ ਲੋਂਗਰ ਟਾਈਮ ਪੀਰੀਅਡ। ਕੋਈ ਟਾਈਟਲ ਪ੍ਰੋਬਲਮ ਹੈ, ਕੋਈ ਇਸ਼ੂ ਆ ਗਿਆ, ਕੋਈ ਐਨੀਥਿੰਗ ਇਸ਼ੂ ਆ ਗਿਆ, ਬਟ ਲੋਨ ਵਿਲ ਕਲੋਜ਼। ਅਤੇ ਪ੍ਰੀ ਅਪਰੂਵਲ ਦੀ ਕੋਈ ਕੋਸਟ ਨਹੀਂ ਹੈ, ਸਾਡੇ ਕੋਲ ਆਓ, ਇਜ਼ ਅ ਫ੍ਰੀ ਸਰਵਿਸ ਹੈਗੀ ਹੈ, ਪ੍ਰੀ ਅਪਰੂਵਲ ਕਰਾਓ, ਉਸ ਤੋਂ ਬਾਅਦ ਆਪ ਅੱਖਾਂ ਬੰਦ ਕਰਕੇ ਘਰ ਵੇਖੋ, ਤੁਹਾਨੂੰ ਘਰ ਮਿਲੇਗਾ ਜਿਸ ਪ੍ਰਾਈਸ ਰੇਂਜ ਅਸੀਂ ਤੁਹਾਨੂੰ ਪ੍ਰੀ ਅਪਰੂਵ ਕਰਕੇ ਦਿਆਂਗੇ। ਹਰਮਨ ਸਿੰਘ ਜੀ, ਇਫ ਸਮਬਡੀ ਹੈਜ਼ ਲਾਈਕ $35,000 ਔਰ $40,000, ਕਹਿੰਦੇ ਬਾਏ ਅ ਸਿੰਗਲ ਫੈਮਿਲੀ ਹਾਊਸ? ਯੈਸ, ਮੈਂ ਅਸੀਂ ਰੀਸੈਂਟਲੀ ਲੋਨ ਕਲੋਜ਼ ਕੀਤਾ 2 ਫੈਮਿਲੀ ਦਾ, ਦੇ ਹੈਡ ਆਲਮੋਸਟ 50-60,000 ਡਾਲਰਸ, ਦੇ ਬੋਟ ਅ ਹਾਊਸ ਫਾਰ 2 ਫੈਮਿਲੀ ਹਾਊਸ, ਕਿਉਂਕਿ ਇੱਕ ਐਫ ਐਚ ਏ ਪ੍ਰੋਗਰਾਮ ਹੁੰਦਾ ਜਿਹਦੇ ਡਾਊਨ ਪੇਮੈਂਟ ਪੈਸੇ ਬਹੁਤ ਘੱਟ ਚਾਹੀਦੇ ਹੁੰਦੇ ਨੇ। ਮਗਰ ਕੀ ਹੁੰਦਾ ਕਿ 35,000 ਵਨ ਫੈਮਿਲੀ, ਯੈਸ ਯੂ ਕੈਨ ਬਾਏ, ਡਿਪੈਂਡਸ ਔਨ ਦਾ ਪ੍ਰਾਈਸ ਰੇਂਜ ਕੀ ਹੈ। ਤੁਹਾਡੀ ਪ੍ਰਾਈਸ ਰੇਂਜ 5-6 ਲੱਖ ਹੈਗੀ ਯੂਐਸ, ਤੁਹਾਨੂੰ ਯੂ ਕੈਨ ਬਾਏ ਵਿਦ ਅ ਸੈਲਰ ਕਨਸੈਸ਼ਨ, ਕਲੋਜ਼ਿੰਗ ਕੋਸਟ ਅਸੀਂ ਐਡ ਕਰਦੀ ਮੋਰਗੇਜ, ਉਹਦੇ ਵਾਸਤੇ ਤੁਹਾਨੂੰ ਸਾਨੂੰ ਕਾਲ ਕਰਨੀ ਪਏਗੀ। ਥੋੜ੍ਹਾ ਟੈਕਨੀਕਲ ਹੁੰਦਾ ਕਿ ਟ੍ਰਾਈ ਟੂ ਮੇਕ ਇਟ ਵਰਕ, ਕਈ ਵਾਰ ਸੈਲਰ ਅਲਾਓ ਕਰਦੇ, ਕਿਉਂਕਿ ਕਈ ਅੱਜ ਦੀ ਮਾਰਕੀਟ ਇੰਨੀ ਹੌਟ ਹੈਗੀ ਹੈ ਕਿ ਸੈਲਰ ਦੇ ਡੋਂਟ ਲਿਸਨ ਕਿ ਤੁਸੀਂ ਕੋਈ ਵੀ ਕੋਈ ਕਲੋਜ਼ਿੰਗ ਕੋਸਟ ਵਿੱਚ ਪਾ ਦਿਓ ਜਾਂ ਕਰ ਦਿਓ, ਕਨਸੈਸ਼ਨ ਦੇ ਦਿਓ, ਦੇ ਡੋਂਟ ਲਿਸਨ। ਇਸ ਕਰਕੇ ਕਰੰਟਲੀ ਲੋਨ ਪ੍ਰੋਗਰਾਮ ਹੈਗਾ ਵੇ, ਲੋਨ ਤੁਹਾਡਾ ਹੋ ਜਾਏਗਾ 35% ਤੇ, $35,000 ਦੇ ਨਾਲ, ਬਟ ਡਿਪੈਂਡ ਔਨ ਤੁਹਾਨੂੰ ਕਰ ਲੱਭੇਗਾ ਜੋ ਤੁਹਾਡੀ ਆਫਰ ਐਕਸੈਪਟ ਕਰੇਗਾ। ਦੈਟ ਇਜ਼ ਬਿਕਮ ਲਿਟਲ ਡਿਫੀਕਲਟ ਰਾਈਟ ਨਾਓ ਇਨ ਦੀਸ ਡੇਜ਼। ਸੋ ਕੈਨ ਵੀ ਗੈਟ ਲੋਨ ਅਪਰੂਵਡ ਵਿਦ 1 ਈਅਰ ਟੈਕਸ ਰਿਟਰਨਸ? ਹਾਂਜੀ ਬਿਲਕੁਲ, ਐਬਸੋਲੂਟਲੀ। ਅਗਰ ਜਿਹੜੇ ਬਿਜ਼ਨਸਮੈਨ ਹੈਗੇ ਨੇ ਸਾਡੇ ਕੋਲ, ਕਈ ਕਾਫੀ ਸਾਡੇ ਕੋਲ ਬਿਜ਼ਨਸਮੈਨ ਕਲਾਇੰਟਸ ਆਉਂਦੇ ਨੇ ਕਿ 2020 ਦੇ ਟੈਕਸ ਰਿਟਰਨ ਹਜੇ ਫਾਈਲ ਨਹੀਂ ਕੀਤੀ, ਕਿਉਂਕਿ ਐਕਸਟੈਂਸ਼ਨ ਲੈ ਲਈ, ਜਿਵੇਂ ਅਸੀਂ ਵੀ ਐਕਸਟੈਂਸ਼ਨ ਲਈ ਹੋਈ ਹੈ, ਅਤੇ 2019 ਦੀ ਬੇਸ 'ਤੇ ਅਸੀਂ ਲੋਨ ਕਰਾਉਣਾ ਚਾਹੁੰਦੇ ਹਾਂ। ਯੈਸ, ਅਗਰ ਤੁਹਾਡੀ 2019 ਦੀ ਟੈਕਸ ਰਿਟਰਨ ਤੁਸੀਂ ਫਾਈਲ ਕੀਤੀ ਹੈ ਐਂਡ ਇਨਕਮ ਇਜ਼ ਗੁੱਡ, ਬੇਸਡ ਔਨ ਅਸੀਂ ਤੁਹਾਨੂੰ ਦੱਸਾਂਗੇ ਤੁਹਾਡਾ ਇੰਨਾ ਲੋਨ ਅਪਰੂਵ ਹੋਏਗਾ, ਵੀ ਕੈਨ ਗੈਟ ਦ ਲੋਨ ਡਨ ਫੋਰ ਯੂ। ਡੈਫੀਨਟਲੀ ਯੈਸ, ਯੂ ਕੈਨ ਡੂ ਦੈਟ, ਯੂ ਡੋਂਟ ਹੈਵ ਟੂ ਵੇਟ ਫਾਰ ਦ 2020 ਟੈਕਸ ਰਿਟਰਨ। ਕਮ ਕਾਲ ਅਸ, 2019 ਦੀ ਟੈਕਸ ਰਿਟਰਨ ਸਾਨੂੰ ਭੇਜ ਦਿਓ, ਬਿਜ਼ਨਸ ਦੀ, ਪਰਸਨਲ ਦੀ ਜਾਂ ਪਰਸਨਲ ਹੈਗੀ ਹੈ, ਡਿਪੈਂਡਸ ਔਨ ਦ ਪ੍ਰੋਫੈਸ਼ਨ। ਅਗਰ ਟੈਕਸੀ ਦਾ ਕੋਈ ਹੈਗਾ ਉਬਰ ਦਾ ਭਰਾ ਹੈਗਾ ਸਾਡਾ, 1 ਈਅਰ ਦੀ ਬੇਸ ਉੱਤੇ ਯੈਸ ਵੀ ਕੈਨ ਡੂ ਦੈਟ ਆਲਸੋ। 7184417000 ਨੰਬਰ ਤੁਸੀਂ ਜਿਹੜਾ ਹੈਗਾ ਇਸ ਨੰਬਰ ਨੂੰ ਯਾਦ ਰੱਖੋ, ਆਪਣੇ ਸਾਰੇ ਸਵਾਲਾਂ ਦਾ ਜਵਾਬ ਹਰਮਨ ਸਿੰਘ ਜੀ ਤੋਂ ਲਵੋ। ਪੰਜਾਬ ਐਵਨਿਊ ਰਿਚਮੰਡ ਹਿੱਲ ਆਫਿਸ ਹੈ, ਤੁਹਾਨੂੰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਉੱਥੇ ਹੀ ਮਿਲਣਗੇ। ਤੁਸੀਂ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ, ਇਹਨਾਂ ਤੋਂ ਅਪੁਆਇੰਟਮੈਂਟ ਆਪਣੀ ਹੁਣੇ ਹੀ ਕਰਾਓ। ਜਦ ਤੁਸੀਂ ਅਪੁਆਇੰਟਮੈਂਟ ਕਰਾਓਗੇ ਤਾਂ ਟਾਈਮ ਕਿਸੇ ਨੂੰ ਨਹੀਂ ਦੇਣਗੇ, ਔਰ ਜੇ ਤੁਸੀਂ ਕਹੋਗੇ ਅਸੀਂ ਜਸ ਪੰਜਾਬੀ 'ਤੇ ਸ਼ੋਅ ਵੇਖਿਆ ਤਾਂ ਸਭ ਤੋਂ ਪਹਿਲਾਂ ਤੁਹਾਡੀ ਪ੍ਰਿਓਰਿਟੀ ਹੋਏਗੀ, ਔਰ ਉਸ ਪ੍ਰਿਓਰਿਟੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਵਿਲ ਡੈਫੀਨੇਟਲੀ ਗਿਵ ਯੂ ਅ ਗੁੱਡ ਐਡਵਾਈਸ। ਅਗਲਾ ਸਵਾਲ ਕਿਸੇ ਨੇ ਪੁੱਛਿਆ ਜੀ, ਮਾਈ ਇਨਕਮ ਇਜ਼ ਵੈਰੀ ਲੋ, ਕੈਨ ਮਾਈ ਅੰਕਲ ਸਾਈਨ ਵਿਦ ਮੀ ਟੂ ਹੈਲਪ ਮੀ ਟੂ ਗੈਟ ਦ ਲੋਨ? ਯੈਸ, ਤੁਸੀਂ ਬਿਲਕੁਲ ਕਰ ਸਕਦੇ ਹੋ। ਅਸੀਂ ਹੁਣੇ ਰੀਸੈਂਟਲੀ ਲੋਨ ਅਸੀਂ ਕੀਤਾ ਲਾਸਟ ਵੀਕ ਦੇ ਵਿੱਚ, ਉਹਨਾਂ ਦੀ ਆਪਣੀ ਇਨਕਮ ਆਲਮੋਸਟ ਸੀਗੀ $25,000 ਐਂਡ ਅੰਕਲ ਇਜ਼ ਪ੍ਰੋਫੈਸ਼ਨਲ ਹੈਗੇ ਨੇ ਐਂਡ ਅੰਕਲ ਦੀ ਇਨਕਮ ਵਾਜ਼ ਆਲਮੋਸਟ 250,000। ਅੰਕਲ ਕੋਲ ਆਪਣਾ ਘਰ ਵੀ ਸੀਗਾ, ਬਟ ਅੰਕਲ ਦੀ ਇਨਕਮ ਇੰਨੀ ਸੀ ਕਿ ਉਹਨਾਂ ਦੀ ਆਪਣੀ ਮੋਰਗੇਜ ਕੱਢਣ ਤੋਂ ਬਾਅਦ ਦੇ ਵਾਜ਼ ਲਾੜਾ ਇਨਕਮ, ਸਪੇਅਰ ਇਨਕਮ ਰਹਿ ਗਈ ਅੰਕਲ ਦੀ, ਜਿਹੜੀ ਅਸੀਂ ਨੈਫਿਊ ਵਾਸਤੇ ਯੂਜ਼ ਕਰਕੇ ਵੀ ਕੈਨ ਦੇ ਕੋ ਸਾਈਨ ਕੀਤਾ ਉਹਨਾਂ ਨੇ ਐਂਡ ਵੀ ਗਾਦਰ ਲੋਨ ਡਨ। ਐਜ਼ ਯੂ ਜਸਟ ਲਾਸਟ ਵੀਕ ਦੀ ਗੱਲ ਹੈਗੀ, ਯੈਸ ਯੂ ਕੈਨ, ਡਿਪੈਂਡਸ ਔਨ ਬੇ, ਬਟ ਮੇਕ ਸ਼ੋਰ ਕਿ ਇਨਕਮ ਇਜ਼ ਗੁੱਡ ਫਾਰ ਦਾ ਪਰਸਨ ਜਾਂ ਕੋਸਨ ਕਰ ਰਹੇ ਤੁਹਾਡੇ ਅੰਕਲ, ਕਿ ਮੇਕ ਸ਼ੋਰ ਉਹਨਾਂ ਦੀ ਇਨਕਮ ਇਨਫ ਹੈਗੀ ਹੈ ਕਿ ਦੇ ਕੈਨ ਅਫੋਰਡ ਦੇਅਰ ਮੋਰਗੇਜ, ਦੇਅਰ ਲਾਇਬਿਲਿਟੀਜ਼, ਦੇਅਰ ਕਾਰ ਪੇਮੈਂਟਸ ਐਂਡ ਦੈਨ ਯੋਰ ਮੋਰਗੇਜ। ਠੀਕ ਹੈ ਜੀ, ਦੈਟਸ ਮਸਟ ਰਿਕੁਆਇਰਡ ਐਂਡ ਦੇ ਹੈਵ ਟੂ ਹੈਵ ਅ ਡੀਸੈਂਟ ਕ੍ਰੈਡਿਟ ਸਕੋਰ ਆਲਸੋ, ਕਿਉਂਕਿ ਕ੍ਰੈਡਿਟ ਸਕੋਰ ਮੈਟਰ ਕਰਦਾ ਹੈਗਾ ਵੀ ਓਵਰਆਲ ਪਿਕਚਰ ਦੇ ਵਿੱਚ ਕਿ ਲੋਨ ਦੇ ਵਿੱਚ, ਕਿ ਅਗਰ ਇਫ ਸਮਬਡੀ ਇਜ਼ ਕੋਸਾਈਨਿੰਗ, ਮੇਕ ਸ਼ੋਰ ਐਵਰੀਬਾਡੀਜ਼ ਕ੍ਰੈਡਿਟ ਸਕੋਰ ਇਜ਼ ਗੁੱਡ। ਅਗਰ ਤੁਹਾਡੀ ਇਨਕਮ ਘੱਟ ਹੈ ਬਟ ਯੂ ਸਟਿਲ ਹੈਵ ਟੂ ਹੈਵ ਅ ਗੁੱਡ ਕ੍ਰੈਡਿਟ ਸਕੋਰ। ਰਾਈਟ, ਵੀ ਹੈਵ ਨੈਕਸਟ ਕੁਐਸਚਨ ਐਂਡ ਵੀ ਆਰ ਨਾਟ ਏਬਲ ਟੂ ਬਾਏ ਅ ਹਾਊਸ, ਵੀ ਆਰ ਪੁਟਿੰਗ 10% ਡਾਊਨ ਪੇਮੈਂਟ ਐਂਡ ਨੋ ਵਨ ਇਜ਼ ਅਸੈਪਟਿੰਗ
एक एक घर के छे छे ऑफर आदि है, 10-10 ऑफर आ रही है, बिडिंग वॉर चल रही है। साढ़े ऑफिस एवरीडे सेम सिनेरियो चल रहा है कि अभी 60,000 हायर ऑफर दी, 80,000 हायर दी, तो भी घर नहीं मिले। सो करंटली सैलर की करते हैं, सैलर दे वैल्यू एट ऑफर। अगर तुम ऑफर दे रहे हो लिस्ट प्राइस की एंड पुटिंग 10% डाउन और मल्टीपल ऑफर आ रहे हैं, तुम्हारी ऑफर के चांस बहुत घट एक्सैप्ट होता। सो ट्राई टू बी रियलिस्टिक नाउ नोइंगली करंटली मार्केट। साढ़े को काफ़ी क्लाइंट्स है जेडे दे रहो स्टिल थिंक की नैगोशिएशन पावर हैगी है। राइट नाउ बायर की नैगोशिएशन पावर बिल्कुल ऑलमोस्ट जीरो है, बहुत घट है। अंटिल अनलेस कुछ तुम कर लै रहे हो नहीं विक रहा, क्योंकि मोस्ट ऑफ द हाउसेज लाइन लगे होंगे ने, मल्टीपल ऑफर आ रही ने, तो 10% डाउन की ऑफर जी किसी और 20% डाउन की है, दे माइट एक्सैप्ट दैट 20% डाउन। अगर किसी की 10% हायर है तुहाडे तो दे विल एक्सैप्ट दैट। सो बी लिटल बिट कंसीडरेट कि भाई मार्केट की चल रहा है। अगर 10% डाउन देना चाहते हो, इन्ना बजट हैगा भी पैसे का, ट्राई टू मेक ए ऑफर अबव द लिस्टिंग प्राइस। ठीक है, ऑफर नहीं एक्सेप्ट हो रही कि कार जिन्हें भी ने अबव एस्किंग प्राइस विकते पे ने अजकल। सो ट्राई टू मेक लिटल ऑफर, अगर 5.5 का कर लग गया है, मेक ए 575 और 580 और 590 ऑफर टू जस्ट गेट द हाउस, बिकॉज मार्केट इज वेरी क्रेजी राइट नाउ। इट्स सम टाइम इट्स वाकई भी अनएथिकल होंगे कि भाई तुम मांग रहे हो 6 तो हम 6.5 दे रहे हैं, बट दिस इज द वे द मार्केट इज। ए मार्केट मैं भी कभी इतने पहले नहीं वेखी, दिस इज द फर्स्ट टाइम हैपनिंग इन माई कैरियर कि जिम्मे घर विक रहे हैं बिडिंग वॉर के उ। दिस इज वेरी कॉमन नाउ फॉर एवरी हाउस। बिल्कुल 7184417000। फिलहाल एक ब्रेक लिया थे, रुक रहे हैं। ब्रेक तो बाद भी ओमनी मॉर्गेज बुलेटिन इसी तरीके नाल जारी रहेगा। हो सकता है कि तुसी इस बुलेटिन तो बाद ले सको अपना ड्रीम हाउस। साढ़े नाल मौजूद हैं हरमन सिंह जी, द सीईओ ऑफ ओमनी मॉर्गेज फ्रॉम न्यूयॉर्क। लैके चलते हैं सीधा पंजाब एवेन्यू रिचमंड हिल, जिथे साढ़े नाल वह मौजूद ने वाया स्काइप। हरमन जी, सवाल अगला भी आया होया, कहते कि माई हसबेंड वर्क्स एट द एयरपोर्ट एंड इट वॉज क्लोज लास्ट ईयर एंड जस्ट ओपन अगेन, नॉट गेटिंग इनफ टिप्स एंड ओवर टाइम, वट वी कैन डू। देखो तुम एयरपोर्ट डिपेंड करता है किस तरह की जॉब करते हो। अगर एयरपोर्ट कोई रेस्टोरेंट जॉब कर रहे थे तो टिप्स मिलते थे, ओवर टाइम मिलता सगा एंड एयरपोर्ट बंद सगा। असं बड़े सारे लोन ले हूँ, असं लास्ट वीक मैरियट साढ़े एक बंगाली क्लाइंट सगा, मैरियट बंद सगा लास्ट ईयर, उन्हें दो महीना पहले मैरियट जॉब शुरू की है, सू पे सब दी सानू, उन्होंने ओवर टाइम नहीं मिल रहा उन्होंने, क्योंकि अजय नवा नवा काम बैक टू नॉर्मल आ रहा है, होटल अजय शुरू हुए हैं। तो मगर असी बेस्ड ऑन 2019 की इनकम, जो बेस इनकम, असं टिप्स ओवर टाइम यूज नहीं कर सकते क्योंकि अजय तक नहीं मिलनिया शुरू हुई, तो अगर मिलनिया शुरू हुई दैन असं भी यूज कर सकते। असं 2022 फॉर टाइमिंग असी सारे मेरे साढ़े बैंक जो है तो जस्ट पुटिंग अट साइड कि फगैर अबाउट 2020। 2019 तुम्हें की किया तो 2021 तुम की कर रहे हो। अगर हम थोड़ी एयरपोर्ट की जॉब वापस शुरू हो गई है 40 आवर्स फुल टाइम, तो बेस के उ क्वालीफाई कर सकते हैं। अगर थोड़ा ओवर टाइम या टिप्स शुरू हो गई, टिप्स तो शुरू हो गई ने, ओवर टाइम अजे नहीं शुरू हो, काफ़ी टाइम जगह अभी देख रहे हैं, असर पे स्टल जाने ने, तो टिप्स की असं वी कैन कैलकुलेट एवरेज कर सकते हैं। अभी वैसे मैं 4-5 पे स्टल मैं भेज दौ या लिया हो ऑफिस साढ़े से कैलकुलेट कर लेंगे। बट येस यू कैन अपलाई फॉर ए लोन एज लॉन्ग एज तुम अपना बैक टू वर्क हो गए हो। Not to worry कि 2020 तो भी काम नहीं किया, क्योंकि एयरपोर्ट वगैरह बंद सके, रेस्टोरेंट बंद सके। You can definitely start, come and apply for a loan. Yes. कई सारे सवाल ऐ भी आते हैं कि होम इंस्पेक्शन जी होती है जरूरी होती है कि नहीं। देखो माई एडवाइस होम इंस्पेक्शन इज मस्ट मस्ट मस्ट, क्योंकि अगर फर्स्ट टाइम होम बायर को कर लै रहा है, हूँ जिम्मे कोई एक्सपीरियंस है जिन्हें 4-5 कर ले हुए ने पहले, दे गो एंड सी द कार, क्योंकि उन्होंने ऑलरेडी प्रॉब्लम फेस की होंगे ने, कभी प्लम्बिंग लीक हो गया, इलैक्ट्रिकल प्रॉब्लम आ कुछ आ गया, सो दे नो दैट, क्योंकि उन्होंने ऑलरेडी प्रॉब्लम सॉल्व की होंगे ने। फर्स्ट टाइम होम बायर जिन्हें कभी घर नहीं लिया, उन्होंने घर की नॉलेज नहीं है, इट इज़ गुड टू हैव ओन होम इंस्पैक्शन। कोई ज़्यादा महंगी नहीं होती, $400-500 लगते हैं, वो इंस्पैक्टर जाके जाएगा, वो तुम दसेगा भी है चीज़ें जी, इलैक्ट्रिकल पुरानी है, प्लम्बिंग पुरानी है, बॉयलर पुराना है, रूफ नवी है, विंडो पुरानी है, सो वो तुम गैस वर्क दसदा है भी अगर विंडो चेंज करनी है इन्हें कॉस्ट आएगी। सो तुहाडे माइंड च एक्चुअली कल नूं कोई प्रॉब्लम आवे, यू ऑलरेडी प्रिपेयर्ड कि तुहानूं पता रूफ अगर खराब होएगी, रूफ मेरी 10-15 हज़ार की होएगी, बॉयलर खराब होएगा 5-7 हज़ार का होएगा, सो दोज थिंग इंस्पैक्टर टेल्स यू। सो माई एडवाइस ऑलवेज डू, फर्स्ट टाइम होम बायर मस्ट, जेडे एक्सपीरियंस ने दैट्स देयर डिसीजन बिकॉज दे ऑलरेडी हैव एक्सपीरियंस, बट फर्स्ट टाइम होम बायर गैट द होम इंस्पैक्शन डन, और उन्होंने चंगी तरह पढ़ो, उन्होंने समझो कोई तुम्हें इशू है, उन्होंने समझो, क्योंकि वो एजुकेशन प्रोसेस है, कल नूं घर मैनेज करना है, कार ले लिया, कल कोई प्रॉब्लम आ गई, बॉयलर बंद हो गया, तो उन्होंने वरी होती है कि वैसे किनू कॉल करिए की हो गया। सो दोज थिंग्स इंजीनियर दे टेल यू इन रिपोर्ट कि अच्छे तरीके से समझाते हैं,
ਪੜ੍ਹੋ ਬੱਚੇ ਦੇ ਨਾਲ, ਅਗਰ ਬੱਚੇ ਵੱਡੇ ਨੇ ਬੱਚਿਆਂ ਨੂੰ ਕਹੋ, ਬੱਚੇ ਪੜ੍ਹ ਲੈਂਦੇ ਬੱਚੇ ਸਮਾਰਟ ਨੇ, ਬੜੀ ਜਲਦੀ ਪਿਕਅਪ ਕਰ ਲੈਂਦੇ ਨੇ ਦੀਸ ਥਿੰਗਸ ਨੂੰ, ਬੱਚਿਆਂ ਨੂੰ ਕਹੋ ਤੁਹਾਨੂੰ ਇਨਵੋਲਵ ਹੋਣ ਤੇ ਬੱਚੇ ਕੈਨ ਰੀਡ ਦ ਰਿਪੋਰਟ ਫਾਰ ਯੂ ਐਂਡ ਗੈਟ ਦ ਇੰਜੀਨੀਅਰ ਰਿਪੋਰਟ ਔਨ ਯੈਸ। ਸੋ ਸਾਰੀ ਗੱਲਾਂ ਠੀਕ ਨੇ ਹਰਮਨ ਸਿੰਘ ਜੀ, ਓਮਨੀ ਕਿੰਨੀ ਛੇਤੀ ਜਿਹੜਾ ਹੈਗਾ ਲੋਨ ਅਪਰੂਵ ਕਰਵਾ ਸਕਦਾ? ਦੇਖੋ ਇੱਕ ਤੁਹਾਨੂੰ ਅਸੀਂ ਇਟਸ ਅ ਗੁੱਡ ਕੁਐਸਚਨ, ਇਟਸ ਮਨ ਪ੍ਰੋਸੈਸ ਹੁੰਦਾ ਜਿਹੜਾ, ਅਸੀਂ ਇੰਨੇ ਸਾਲ ਦੇ ਪ੍ਰੋਸੈਸ ਨੂੰ ਅਸੀਂ ਮਾਸਟਰੀ ਕੀਤੀ ਹੋਈ ਹੈ। ਸਾਨੂੰ ਕਲਾਇੰਟ ਦੇ ਪ੍ਰੋਫਾਈਲ ਦੀ ਬੇਸ ਤੇ ਪਤਾ ਹੁੰਦਾ ਸਾਨੂੰ ਕਿਹੜੇ ਡਾਕੂਮੈਂਟ ਚਾਹੀਦੇ ਨੇ, ਅਸੀਂ ਤੁਹਾਨੂੰ ਚੈੱਕਲਿਸਟ ਭੇਜਦੇ ਹਾਂ, ਸਾਨੂੰ ਇਹ ਡਾਕੂਮੈਂਟ ਭੇਜ ਦਿਓ। ਕਰੰਟ ਇਨਵਾਇਰਮੈਂਟ ਜਿਹੜੇ ਇਨਕਮ ਚੈੱਕ ਲੋਨ ਹੈਗੇ ਨੇ, ਬੈਂਕ ਸਰ ਸਾਡੇ ਜਿਹੜੇ ਬੈਂਕ ਜਿਹਨਾਂ ਨਾਲ ਅਸੀਂ ਕੰਮ ਕਰਦੇ ਹਾਂ, ਸਾਡੀ ਰਿਲੇਸ਼ਨਸ਼ਿਪ ਹੈ ਕਿਉਂਕਿ ਅਸੀਂ ਕਾਫੀ ਵਾਲਿਊਮ ਬਿਜ਼ਨਸ ਕਰਦੇ ਹਾਂ ਉਹਨਾਂ ਦੇ ਨਾਲ, ਇੰਨੇ ਸਾਲਾਂ ਤੋਂ ਕਰ ਰਹੇ ਹਾਂ, ਰਿਸਪੈਕਟੇਬਲ ਰਿਲੇਸ਼ਨਸ਼ਿਪ ਬਣੀ ਹੋਈ ਹੈ। ਸਾਡੇ ਲੋਨ ਜਿਹੜੇ ਵਿਦਿਨ 2-3 ਡੇਜ਼, 4 ਡੇਜ਼, 5 ਡੇਜ਼ ਅਸੀਂ ਲੋਨ ਅਪਰੂਵ ਕਰਵਾ ਰਹੇ ਹਾਂ। ਸੇਮ ਡੇ ਵੀ ਹੁੰਦੀਆਂ ਨੇ, ਅਗਰ ਤੁਸੀਂ ਸਾਨੂੰ ਪੂਰੇ ਡਾਕੂਮੈਂਟ ਭੇਜਤੇ ਵਨ ਸ਼ਾਟ ਜਿਹਦੇ ਤੁਹਾਡੇ ਕੋਲ ਅਸੀਂ ਮੰਗੇ, ਅਸੀਂ ਸਬਮਿਟ ਕਰਕੇ ਸਵੇਰੇ ਸਬਮਿਟ ਕਰਾਂਗੇ, ਸ਼ਾਮ ਤੱਕ ਅਪਰੂਵਲ ਆ ਜਾਂਦੀ। ਕਲੋਜ਼ਿੰਗ ਪ੍ਰੋਸੈਸ ਥੋੜਾ ਟਾਈਮ ਲੱਗਦਾ ਕਿਉਂਕਿ ਅਟਾਰਨੀਜ਼ ਨੇ ਆਪਣਾ ਕੰਮ ਕਰਨਾ ਹੁੰਦਾ, ਟਾਈਟਲ ਇੰਸ਼ੋਰੈਂਸ ਚੈੱਕ ਕਰਨੀ ਹੈ, ਵਾਇਲੇਸ਼ਨਸ, ਓਪਨ ਪਰਮਿਟ, ਦੈਟ ਟੇਕਸ ਲਿਟਲ ਲੌਂਗਰ ਫਾਰ ਅਟਾਰਨੀ ਪਾਰਟ। ਸਾਡਾ ਜਿਹੜਾ ਮੋਰਗੇਜ ਬੈਂਕ ਪਾਰਟ ਹੈਗਾ, ਤੁਹਾਡੇ ਪੈਸੇ ਬੈਂਕ 'ਚ ਹੈਗੇ ਨੇ, ਤੁਸੀਂ ਸਾਰੇ ਡਾਕੂਮੈਂਟ ਸਾਨੂੰ ਪ੍ਰੋਵਾਈਡ ਕਰਦੇ ਨੇ, ਅਸੀਂ ਲੋਨ ਅਪਰੂਵ ਕਰਾ ਰਹੇ ਹਾਂ, ਅਪਰੇਜ਼ਲ ਸਾਡੀ ਵਿਦਿਨ 2 ਵੀਕਸ ਹੋ ਜਾਂਦੀ ਹੈ। ਸੋ ਵੀ ਕੈਨ ਬੀ ਰੈਡੀ ਟੂ ਕਲੋਜ਼ ਅ ਲੋਨ ਇਫ ਐਵਰੀਥਿੰਗ ਇਜ਼ ਪ੍ਰੋਵਾਈਡਡ ਬਾਈ ਯੂ ਔਨ ਟਾਈਮ, ਵੀ ਕੈਨ ਕਲੋਜ਼ ਅ ਲੋਨ ਇਨ ਲੈਸ ਦੈਨ 3 ਵੀਕਸ। ਇੱਕ ਸਵਾਲ ਹੋਰ ਵੀ ਆਇਆ ਹੈ ਹਰਮਨ ਸਿੰਘ ਜੀ, ਵੀ ਆਰ ਟਰਾਇੰਗ ਟੂ ਕਲੋਜ਼, ਟੈਨੈਂਟਸ ਆਰ ਨੋਟ ਮੂਵਿੰਗ ਆਊਟ, ਵਟ ਵੀ ਡੂ? ਇਟ ਇਜ਼ ਅ ਬਿਗ ਪ੍ਰੋਬਲਮ। ਮੈਂ ਤੁਹਾਨੂੰ ਇਹ ਦੱਸਾਂ, ਮੇਰੇ ਕੋਲ ਵੀ ਫਾਈਲਾਂ ਸਾਡੇ ਆਫਿਸ ਸਟਕ ਹੋਈਆਂ ਨੇ, ਕਿਉਂਕਿ ਕੋਵਿਡ ਕਰਕੇ ਟੈਨੈਂਟਸ ਜਿਹੜੇ ਨੇ, ਨਿਊਯਾਰਕ ਸਟੇਟ ਨੇ ਮੋਰਟੋਰੀਅਮ ਰੱਖਿਆ ਹੋਇਆ ਕਿ ਤੁਸੀਂ ਅਗਸਤ 31 ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ। ਹੁਣ ਸਮ ਟੈਨੈਂਟਸ ਤੰਗ ਕਰਦੇ ਪਏ ਨੇ, ਸਮ ਟੈਨੈਂਟਸ ਪ੍ਰੋਬਲਮ ਹੋ ਰਹੀ ਹੈ ਕਿ ਟੈਨੈਂਟਸ ਜਿਹੜੇ, ਕਈ ਟੈਨੈਂਟਸ 10-12 ਸਾਲ ਤੋਂ ਰਹਿ ਰਹੇ ਨੇ, 15 ਸਾਲ ਤੋਂ ਰਹਿ ਰਹੇ ਨੇ, ਉਹ ਰੈਂਟ ਪੇ ਕਰ ਰਹੇ ਨੇ ਬਿਲੋ ਮਾਰਕੀਟ ਰੈਂਟ, ਕਿਉਂਕਿ ਉਹਨਾਂ ਦਾ ਰੈਂਟ ਕਦੀ ਲੈਂਡਲੋਰਡ ਨੇ ਵਧਾਇਆ ਨਹੀਂ। ਲੈਂਡਲੋਰਡ ਵਾਜ਼ ਨਾਈਸ, ਫਰੈਂਡਸ਼ਿਪ ਰਹੀ, ਯੂ ਨੋ ਦੇ ਵਰ ਪਾਰਟੀ ਟੁਗੈਦਰ, ਹੈਂਗ ਆਊਟ ਟੁਗੈਦਰ, ਉਹ ਰੈਂਟ ਹੋ ਗਿਆ 12-1300 ਰੈਂਟ ਚੱਲ ਰਿਹਾ 3 ਬੈਡਰੂਮ ਜਾਂ 2 ਬੈਡਰੂਮ ਦਾ, ਤੇ ਹੁਣ ਉਹਨਾਂ ਨੇ ਘਰ ਵੇਚਣਾ ਹੈ, ਹੁਣ ਸੈਲਰ ਨੇ ਮੂਵ ਹੋਣਾ ਹੈ, ਤੇ ਹੁਣ ਟੈਨੈਂਟ ਨੂੰ 12-1300 ਚ ਅਪਾਰਟਮੈਂਟ ਨਹੀਂ ਮਿਲਦੇ ਅੱਜ ਦੀ ਡੇਟ ਦੇ ਵਿੱਚ। ਸੋ ਟੈਨੈਂਟ ਇਜ਼ ਕੰਪੇਅਰਿੰਗ ਲੁਕਿੰਗ, ਕੀਪ ਔਨ ਲੁਕਿੰਗ ਫਾਰ ਅਪਾਰਟਮੈਂਟ ਜਿਹੜਾ 12-1300 ਦਾ ਮਿਲੇ, ਅਪਾਰਟਮੈਂਟ ਹੋ ਗਏ ਨੇ 18-1900 ਦੇ, ਉਹ ਕਹਿੰਦੇ ਜੀ ਅਸੀਂ ਅਫੋਰਡ ਨਹੀਂ ਕਰ ਸਕਦੇ। ਸੋ ਇਟਸ ਬਿਕਮ ਏ ਬਿਗ ਪ੍ਰੋਬਲਮ, ਦੇ ਸੋਲੂਸ਼ਨ ਫਾਰ ਦੈਟ ਪ੍ਰੋਬਲਮ ਇਜ਼ ਓਨਲੀ ਵਰਕ ਆਊਟ ਵਿਦ ਟੈਨੈਂਟਸ। ਕਈ ਵਾਰ ਲੈ ਅਸੀਂ ਕਹਿੰਦੇ ਹਾਂ ਸੈਲਰਸ ਨੂੰ ਕਿ ਟੈਨੈਂਟ ਨੂੰ ਕੰਪਨਸੇਟ ਕਰ ਦਿਓ, ਕੁਛ ਉਹਨਾਂ ਨੂੰ 2-3 ਹਜ਼ਾਰ ਦੇ ਕੇ ਉਹਨਾਂ ਨੂੰ ਕੰਪਨਸੇਟ ਕਰ ਦਿਓ, 4 ਹਜ਼ਾਰ, ਕਿ ਉਹਨਾਂ ਦਾ ਡਿਫਰੈਂਸ ਰੈਂਟ ਦਾ ਪੇ ਕਰ ਦਿਓ 1 ਸਾਲ ਲਈ, ਕਿਉਂਕਿ ਦੈਟ ਇਜ਼ ਅ ਸੋਲੂਸ਼ਨ। ਅਦਰਵਾਈਜ਼ ਅਗਰ ਕੋਰਟ ਹੈ, ਕੋਰਟ ਸਿਸਟਮ ਬੰਦ ਰਹੇ, ਤੁਸੀਂ ਕਿਸੇ ਨੂੰ ਅਵਿਕਟ ਕਰ ਨਹੀਂ ਸਕਦੇ। ਸੋ ਇਟ ਇਜ਼ ਅ ਵੈਰੀ ਟੈਂਸ ਸਿਚੁਏਸ਼ਨ ਰਾਈਟ ਨਾਓ। ਅਗਰ ਕੋਈ ਟੈਨੈਂਟ ਨਹੀਂ ਮੂਵ ਹੋ ਰਿਹਾ, ਤੁਸੀਂ ਫੋਰਸ ਕਰ ਨਹੀਂ ਸਕਦੇ, ਕਿਉਂਕਿ ਮੋਰਟੋਰੀਅਮ ਲਗਵਾਇਆ ਅਗਸਤ 31 ਤੱਕ, ਮਾਰਚ 2020 ਤੋਂ ਚੱਲ ਰਿਹਾ। ਕਈ ਟੈਨੈਂਟ ਸਾਨੂੰ ਜਾਣਦੇ ਨੇ ਜਿਹਨਾਂ 2020 ਤੋਂ ਰੈਂਟ ਨਹੀਂ ਪੇ ਕੀਤਾ,